ਜੀਜੇ ਨਾਲ ਪੰਗੇ ਨਹੀਂ ਲਈਦੇ। ਕੰਟਰੋਵਰਸੀਜ਼ ਬਣਨਾ ਵੀ ਹੁਣ ਪੰਜਾਬੀ 뮤직 ਇੰਡਸਟਰੀ ਦਾ ਇੱਕ ਹਿੱਸਾ ਬਣ ਚੁੱਕਿਆ ਹੈ। ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਗਾਇਕ ਦਾ ਕੋਈ ਨਾ ਕੋਈ ਐਸਾ ਬਿਆਨ ਸਾਹਮਣੇ ਆ ਜਾਂਦਾ ਹੈ ਜੋ ਕਿ ਉਸ ਦੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਤੇ ਇਸੇ ਤਰ੍ਹਾਂ ਹੋਇਆ ਹਾਲ ਹੀ ਵਿੱਚ ਪੰਜਾਬੀ ਗਾਇਕ ਗੀਤਾ ਜੈਲਦਾਰ ਨਾਲ। ਦੱਸਦੀ ਹੈ ਹਾਲ ਹੀ ਵਿੱਚ ਗੀਤਾ ਜੈਲਦਾਰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਾਈਵ ਹੋਏ, ਜਿਸ ਵਿੱਚ ਕਿ ਜਦੋਂ ਉਹ ਆਪਣੇ ਫੈਨਸ ਦੇ ਨਾਲ ਗੱਲਾਂ ਕਰ ਰਹੇ ਸੀ ਤਾਂ ਕੁਝ ਹੇਟਰਾਂ ਨੇ ਉਹਨਾਂ ਦੇ ਚੱਲਦੇ ਲਾਈਵ ਦੇ ਵਿੱਚ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਕਿ ਬਾਅਦ ਗੀਤਾ ਜੈਲਦਾਰ ਨੂੰ ਵੀ ਇਸ ਗੱਲ ਦਾ ਗੁੱਸਾ ਲੱਗਾ। ਤੇ ਕੀ ਬੋਲਿਆ ਫਿਰ ਗੀਤਾ ਜੈਲਦਾਰ ਨੇ ਉਹਨਾਂ ਨੂੰ, ਆਓ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ। ਚਿੱਟੇ ਸੂਟ ਤੇ ਆਈ ਦਾਗ ਪੈ ਗਏ ਰਜਤ ਖੇੜਾ, ਜੇ ਅਸੀਂ ਗਾਲਾਂ ਕੱਢਣ ਤੇ ਆ ਗਏ ਅਸੀਂ ਜੱਟਾਂ ਦੇ ਪੁੱਤ, ਤੈਨੂੰ ਪੁੱਤ ਗਾਲ ਲੱਭਣੀ ਨੀ ਮੁੜ ਕੇ ਕੋਈ, ਹੈ ਢਕਿਆ ਰਹਿ ਚੰਗਾ ਰਹੇਗਾ, ਜੀਜੇ ਨਾਲ ਪੰਗੇ ਨਹੀਂ ਲਈਦੇ, ਚੰਗਾ ਨਹੀਂ ਹੁੰਦਾ, ਜੀਜਾ ਖਤਰਨਾਕ ਬਹੁਤ ਆ। ਠੀਕ ਹੈ, ਕੀ ਕਿਹੜਾ ਨਾਮ ਸੀ ਇਹ, ਕਿਹੜਾ ਥਿਆੜਾ ਸੀ, ਰਜਤ ਥਿਆੜਾ, ਬੰਦਾ ਬਣ ਜਾ ਰਜਤ ਥਿਆੜੇ, ਹੈਂ ਪ੍ਰਾਹੁਣਿਆਂ ਨਾਲ ਨਹੀਂ ਪੰਗੇ ਲਈਦੇ ਪੁੱਤ, ਉਹ ਰਜਤ ਥਿਆੜਾ ਬੰਦੇ ਦਾ ਪੁੱਤ ਬਣ ਜਾ, ਔਰ ਥੱਲੇ ਮੁੰਡੇ ਕਹਿਣ ਲੱਗ ਪਿਆ ਹੁਣ, ਮੈਂ ਤਾਂ ਹੀ ਕਹਿ ਰਿਹਾ ਕਾਹਨੂੰ ਪ੍ਰਾਹੁਣੇ ਨਾਲ ਪੰਗੇ ਲੈਣਾ, ਸਾਨੂੰ ਆਪਣਾ ਕੰਮ ਕਰਨ ਦੇ, ਤੂੰ ਆਪਣਾ ਜਿਹੜਾ ਕਰ, ਜੈਲਸੀ ਕਾਹਨੂੰ ਕਰਨਾ, ਹੈਂ ਇੱਕ VIP ਲਾਈਫ ਸਟਾਈਲ ਸਿੰਘ ਆ, ਤੂੰ ਵੀ ਪੁੱਤ ਬੰਦਾ ਬਣ ਜਾ, ਅਤੇ ਮੈਂ ਪੁੱਠਾ ਸਿੱਧਾ ਬੋਲੂੰਗਾ ਲੋਕਾਂ, ਮੈਂ ਚੰਗਾ ਨਹੀਂ ਲੱਗਦਾ ਕਿਉਂਕਿ ਰਿਸਪੈਕਟ ਜਿਹੜੀ ਆ ਸੋਰ ਬਹੁਤ ਭੈਣ ਭਰਾਵਾਂ ਭਣਾ ਭਣਾ ਲਾਈਵ ਦੇਖ ਰਹੇ, ਚੰਗਾ ਨਹੀਂ ਲੱਗਦਾ, ਸੋ ਇਸ ਕਰਕੇ ਤੁਸੀਂ ਆਪੇ ਬੰਦੇ ਬਣ ਜਾਓ ਤਾਂ ਚੰਗੇ ਆ, ਬਸ ਮੈਂ ਇੰਨਾ ਹੀ ਕਹੂੰਗਾ ਵੀ ਜੀਜੇ ਨਾਲ ਪੰਗੇ ਨਹੀਂ ਲਈਦੇ, ਠੀਕ ਆ, ਇਸ ਤੋਂ ਵੱਧ ਕੁਛ ਨਹੀਂ ਕਹਿਣਾ, ਗਲਤ ਗਾਲ ਨਹੀਂ ਕੱਢਣੀ, ਕੁਛ ਨਹੀਂ ਕਹਿਣਾ। ਸੋਹਣ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਕਹਿਣਾ ਗੀਤਾ ਜੈਲਦਾਰ ਬਾਰੇ, ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਕੀ ਕਰਨਾ ਚਾਹੀਦਾ ਹੈ ਐਸੇ ਹੇਟਰਾਂ ਦਾ ਜੋ ਚੱਲਦੇ ਲਾਈਵ ਦੇ ਵਿੱਚ ਇੱਕ ਆਰਟਿਸਟ ਦੀ ਡਿਸਰਿਸਪੈਕਟ ਕਰਦੇ ਨੇ, ਇਸ ਬਾਰੇ ਵੀ ਵੀਡੀਓ ਥੱਲੇ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ। ਬਿਊਰੋ ਰਿਪੋਰਟ, ਚੈਨਲ ਸਤਰੰਗ। ਫਾਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ ਸਤਰੰਗ.com।